ਹੁਣ ਆਪਾਂ ਲੈਣੀ ਹੈ ਜੀ ਇੱਕ ਤਾਰ ਕਾਲੀ ਹੋਰ, ਜਿਹੜਾ ਆਪਾਂ ਮੋਟਰ ਨੂੰ ਨਿਊਟਰਲ ਫੇਸ ਦੇਣਾ। ਇਹ ਜਿਹੜੀ ਤਾਰ ਹੈ ਇਹ ਆਪਾਂ ਨੂੰ ਇੱਥੋਂ ਤੱਕ ਲਿਜਾਣੀ ਪੈਣੀ ਹੈ ਜੀ, ਐਮ ਸੀ ਬੀ ਦੇ ਵਿੱਚ ਦੇਵਾਂਗੇ ਤਾਂ ਕਿ ਆਪਣੀਆਂ ਦੋਨੋਂ ਚੀਜ਼ਾਂ ਕੱਟੀਆਂ ਜਾਣ। ਐਮ ਸੀ ਬੀ ਦੇ ਉੱਤੇ ਵੀ ਲਾਈਨ ਇਨ ਔਰ ਆਊਟ ਦਾ ਲਿਖਿਆ ਹੁੰਦਾ ਜੀ, ਉਹ ਤੁਸੀਂ ਦੇਖ ਕੇ ਲਾ ਸਕਦੇ ਹਾਂ ਵੀ ਇਨ ਕਿਹੜੀ ਸਾਈਡ ਆ ਅਤੇ ਆਊਟ ਕਿਹੜੀ ਸਾਈਡ ਆ। ਇਹ ਆਪਣੀ ਇੱਧਰ ਹੋ ਗਈ। ਹੁਣ ਆਪਾਂ ਨੂੰ ਇੱਕ ਚਾਹੀਦੀ ਆ ਰੈੱਡ, ਰੈੱਡ ਦੀ ਥਾਂ 'ਤੇ ਆਪਾਂ ਤਾਰ ਰੈੱਡ ਲਾਵਾਂਗੇ। ਇਹ ਜਿਹੜਾ ਇੱਧਰ ਰੈੱਡ ਐਮ ਸੀ ਬੀ ਸੀ ਰੈੱਡ ਵਾਲੀ ਤਾਰ ਸੀ, ਉੱਧਰੋਂ ਲਾਉਣੀ ਹੈ ਜੀ ਆਪਾਂ। ਇਹ ਇੱਥੇ ਰੈੱਡ 'ਤੇ ਆ ਜੂ ਜੀ, ਥੋੜ੍ਹੀ ਤਾਰ ਵੱਡੀ ਰੱਖ ਲੈਂਦੇ ਹਾਂ। ਇਹ ਹੋ ਗਿਆ ਜੀ ਆਪਣਾ ਇੱਧਰਲਾ ਕੰਮ ਕੰਪਲੀਟ, ਵਿੱਚ ਲੱਗੇ ਹੋਏ ਲੋਕ। ਇਹਦੇ ਜਿਹੜੇ ਸਕਰੀਊ ਆ ਉਹ ਲਾ ਦਾਂਗੇ। ਇਹ ਆ ਗਿਆ ਇੱਥੇ ਜੀ। ਹੁਣ ਆਪਾਂ ਨੂੰ ਚਾਹੀਦਾ ਇੱਥੇ ਜਿਹੜਾ ਆਪਣਾ ਸਟਾਰਟ ਕਪੈਸਟਰ ਸੀਗਾ, ਇਹਦੇ ਉੱਤੋਂ ਦੀ ਆਪਾਂ ਜਿਵੇਂ ਅੱਗੇ ਗੱਲ ਕੀਤੀ ਸੀ ਕੋਈ ਪੱਤੀ ਲਾਵਾਂਗੇ। ਇਹ ਚਲੋ ਜਿਨ੍ਹਾਂ ਵੀਰਾਂ ਨੇ ਲਾਉਣਾ ਹੋਇਆ ਉਹਨਾਂ ਨੂੰ ਸਮਝਾ ਦਿੰਦੇ ਹਾਂ, ਜਿਨ੍ਹਾਂ ਨੇ ਨਾ ਲਾਉਣਾ ਹੋਇਆ ਉਹਨਾਂ ਵਾਸਤੇ ਆ। ਮੈਂ ਤਾਰਾਂ ਥੋੜ੍ਹੀਆਂ ਜਿਹੀਆਂ ਇਹਦੀਆਂ ਲੰਮੀਆਂ ਇੱਧਰ ਨੂੰ ਰੱਖਦੇ, ਹਾਂ ਇੱਧਰ ਨੂੰ ਰੱਖ ਦਿੰਦੇ, ਪੂਰੀਆਂ ਆ ਜਾਣਗੀਆਂ। ਉੱਧਰੋਂ ਪਾਣੀ ਪੂਣੀ ਪੈਣ ਦਾ ਡਰ ਰਹੂਗਾ, ਥੱਲੇ ਕਰ ਲੈਂਗੇ। ਹੁਣ ਆਪਾਂ ਨੂੰ ਇੱਥੇ ਚਾਹੀਦਾ ਕੋਈ ਕਲੰਪ ਜਿਹੜਾ ਇਹਨੂੰ ਟਾਈਟ ਕਰੇ। ਲਓ ਜੀ, ਕਲੰਪ ਨੂੰ ਟਾਈਟ ਕਰਨ ਵਾਸਤੇ ਆਪਾਂ ਇੱਕ ਚਾਦਰ ਦਾ ਕਪੈਸਟਰ ਦੀ ਜਗ੍ਹਾ ਜਿਹੜਾ ਕਲੰਪ ਲਾਉਣਾ, ਇੱਕ ਚਾਦਰ ਦਾ ਪੀਸ ਲੈ ਆਉਂਦਾ। ਇਹਦੇ ਨਾਲ ਇਹਨੂੰ ਟਾਈਟ ਕਰਾਂਗੇ ਪ੍ਰੋਪਰ, ਇਹਦੀ ਪਹਿਲਾਂ ਸ਼ੇਪ ਆਪਾਂ ਬਣਾ ਲਈਏ। ਇਹਦੇ ਵਿੱਚ ਆਪਾਂ ਦੋ ਪੇਜ ਲਾਵਾਂਗੇ। ਨਾਲ ਸਕਰੂ ਡਰਾਈਵਰ ਦੇ ਨਾਲ ਹੀ ਆਪਾਂ ਇਹਨੂੰ ਕੱਸ ਕੇ ਜਿਹੜੇ ਹੋ ਗਏ
ਜਿਹੜਾ ਨਾਟ ਆ ਇਹਦੇ ਥੱਲੇ ਕੋਈ ਵਾਸ਼ਲ ਵਗੈਰਾ ਆਪਾਂ ਇਹ ਕੋਈ ਹੈਗੀ ਆ ਤਾਂ ਦੇ ਸਕਦੇ ਹਾਂ। ਜਿਹੜਾ ਇਹ ਨਾਟ ਉਹਦੇ ਹੋਲ ਜਿਹੜਾ ਹੋਇਆ ਉਹਦੇ ਨਾਲ ਤੰਗ ਨਾ ਹੋਵੇ। ਇਹਦੇ ਥੱਲੇ ਆ ਗਿਆ ਜਿਹੜਾ ਆਪਣਾ ਕੈਪੈਸੀਟਰ। ਇਹ ਨਾ ਪੂਰੀ ਵਰਤੀ ਵੀ ਪਰਖੀ ਵੀ ਚੀਜ਼ ਆਈ ਦੁਬਾਰਾ ਬਣਾਉਣ ਲੱਗੇ ਆਪਾਂ ਸਾਡੇ ਏਰੀਏ ਦੇ ਵਿੱਚ। ਵੈਸੇ ਵੀ ਉਹ ਵੀਡੀਓ ਤੋਂ ਬਾਅਦ ਦੁਕਾਨਾਂ 'ਤੇ ਆਮ ਤਿਆਰ ਮਿਲ ਜਾਂਦਾ ਇਹ, ਜੇ ਕਿਸੇ ਨੇ ਲੈਣਾ ਹੋਵੇ ਤਾਂ ਤਿਆਰ ਵੀ ਮਿਲ ਜਾਂਦਾ। ਪਰ ਆਪਾਂ ਤੁਹਾਨੂੰ ਆਪ ਹੀ ਦੱਸ ਦਿੰਦੇ ਹਾਂ ਕਿਵੇਂ ਤਿਆਰ, ਕੋਈ ਸੌਖਾ ਤੁਸੀਂ ਉਹਦੇ ਮਿਸਤਰੀ ਦੀ ਜਿਹੜਾ ਕੋਈ ਹੈਗਾ ਉਹ ਤੋਂ ਬਣਵਾ ਵੀ ਸਕਦੇ ਹਾਂ। ਹੁਣ ਆਪਾਂ ਇੱਥੇ ਗੱਲ ਕਰਾਂਗੇ ਜਿਹੜੀ ਇਹ ਲਾਲ ਤਾਰ ਹੈ, ਇਹਦੇ ਨਾਲ ਹੀ ਇੱਕ ਤਾਰ ਕੱਟ ਕੇ ਲਾਲ ਤਾਰ ਦੇ ਨਾਲ ਲੱਗੇਗੀ। ਜਿੱਥੇ ਆਪਣੀ ਮੋਟਰ ਦੀ ਰੈੱਡ ਵਾਇਰ ਲੱਗਣੀ ਹੈ ਜਿੱਥੇ ਆਪਣੀ ਪੀਲੀ ਤਾਰ ਲੱਗਣੀ ਹੈ ਉੱਥੇ ਕੰਪੈਟਰ ਦੀ ਦੂਜੀ ਤਾਰ। ਲਓ ਜੀ ਇਹ ਆਪਣਾ ਜਾਣੀ ਕਿ ਸਟਾਰਟਰ ਆ ਜਿਹੜਾ ਕੰਪਲੀਟ ਹੋ ਗਿਆ 1 HP ਦਾ। ਜੇ ਅਗਰ ਆਪਾਂ ਇਹ 'ਤੇ ਸਵਿੱਚ ਲਾਉਣੀ ਆ ਅਤੇ ਕੰਪੈਸਟਰ ਲਾਉਣਾ ਅਤੇ ਇਹਦੀ ਡਾਇਗਰਾਮ ਵੀ ਆਪਾਂ ਹੁਣੇ ਨਾਲ ਲੱਗਵੀ ਇਸੇ ਵੀਡੀਓ ਦੇ ਵਿੱਚ ਹੀ ਤੁਹਾਨੂੰ ਦੇ ਦਿੰਦੇ ਹਾਂ ਕਿਸ ਤਰ੍ਹਾਂ ਉਹ ਲੱਗਣਾ। ਇਹ ਵੀ ਆਪਾਂ ਹੁਣ ਨਾਲ ਲੱਗਵਾਂ ਇਹਨੂੰ ਫਿੱਟ ਕਰ ਦਿੰਦੇ ਹਾਂ। ਇਹਦੇ ਉੱਤੇ ਨਾ ਬਕਾਇਦਾ ਲਿਖਿਆ ਹੁੰਦਾ ਮੋਟਰ ਸਟਾਰਟ, ਇਹ ਸਟਾਰਟਰ ਸਟਾਰਟਿੰਗ ਵਾਸਤੇ ਹੁੰਦਾ। ਇਹਨੂੰ 10 ਸੈਕਿੰਡ ਤੋਂ ਜ਼ਿਆਦਾ ਨਹੀਂ ਆਪਾਂ ਦੱਬਣਾ, ਨਹੀਂ ਇਹ ਮੰਨ ਲਓ ਫਟ ਜਾਂਦਾ, ਕੰਮ ਖਰਾਬ ਹੋ ਜਾਂਦਾ ਇਹਦਾ। ਅਤੇ ਇਹਨੂੰ ਵੀ ਆਪਾਂ ਜਿਵੇਂ ਉਹਦਾ ਪੱਤੀ ਬਣਾਈ ਸੀ ਉਹਦੀ ਉਸ ਹਿਸਾਬ 'ਤੇ ਇਹਦੀ ਪੱਤੀ ਬਣਾ ਲੈਂਦੇ। ਇਹ ਵੀ ਨਾਲ ਹੀ ਲਾ ਕੇ ਇਹ ਵੀ ਦਿਖਾ ਦਿੰਦੇ। ਇਹਦੀ ਇੱਕ ਤਾਰ ਜਿਹੜੀ ਹੈਗੀ ਹੈ ਜੀ ਉਹ ਇਸ ਤਾਰ ਨਾਲ ਔਰ ਇੱਕ ਸਵਿੱਚ ਵਿੱਚ ਇਹਦੀ ਹੋ ਕੇ ਇਸ ਨਾਲ ਲੱਗਣੀ ਹੈ। ਆਪਾਂ ਹੁਣੇ ਇਹਦਾ ਮੂੰਹ ਵੀ ਥੱਲੇ ਰਹਿੰਦੀ ਹੈ ਨਾ, ਅਤੇ ਇੱਕ ਤਾਰ ਇੱਧਰ ਜਾਊਗੀ ਇੱਕ ਵਾਪਸ ਇੱਧਰ ਆਊਗੀ। ਥੋੜ੍ਹਾ ਜਿਹਾ ਪਾਣੀ ਐਂ ਨਹੀਂ ਪੈਂਦਾ ਇਹਦੇ 'ਚ। ਇਸ ਤਰ੍ਹਾਂ ਫਿੱਟ ਰਹੂ ਨਾ, ਐਂ ਲੱਗਦਾ ਜੀ ਇੱਥੇ ਸਵਿੱਚ ਲੱਗੇ ਨਹੀਂ ਆਪਰੇਟਿੰਗ ਵਾਸਤੇ, ਇੱਥੇ ਕੰਪੈਸਟਰ ਲੱਗ ਜਾਣਾ। ਥੋੜ੍ਹਾ ਜਿਹਾ ਲੂਜ਼ ਆ ਜੇ ਟਾਈਟ ਕਰਨਾ ਤਾਂ ਆਪਾਂ ਇਹਨੂੰ ਥੋੜ੍ਹਾ ਜਿਹਾ ਹੋਰ ਵੀ ਟਾਈਟ ਕਰ ਦਿੰਦੇ ਹਾਂ। ਇਹਦਾ ਹਿੱਲਣ ਹਿਲਾਉਣ ਵਾਲਾ ਕੰਮ ਜਿਹੜਾ ਰੁਕ ਗਿਆ। ਇੱਕ ਤਾਰ ਇਹਦੀ ਜਿਹੜੀ ਇੱਥੇ ਲੱਗ ਜਾਣੀ ਸਿੱਧੀ ਫੇਸ ਦੇ ਵਿੱਚ, ਆਪਾਂ ਇਕੱਲੀ ਤਾਰ ਲਾਈ ਸੀ ਅਤੇ ਨਾਲ ਦੂਜੀ ਇਹਦੀ ਲਾ ਦਿੰਦੇ ਕੈਪੈਸੀਟਰ ਦੀ। ਇਹ ਹੁਣ ਸਵਿੱਚ ਆ, ਇਹਨੂੰ ਆਪਾਂ ਇਹਦੇ ਨਾਟ ਵਿੱਚੋਂ ਨਿਕਲੇ ਸੀ, ਨਾਟ ਲਾ ਕੇ
पूरा जाने के पूरा वधिया सारा समान लगे भाई। वैसे तो आप बना लो, ये अगर किसी ने लेना तो ये जो पीस तैयार है आप दे भी देवे। जरा 10 जगह वीडियो में शेयर करके तो अपन स्क्रीनशॉट भेजूगा, तो जिन्ने स्क्रीनशॉट होंगे उन्होंने ये ड्रा कढ़ देंगे, जिदा भी निकलूगा उन्हों आप फ्री दे स्टार्टर बने वो दे देंगे। तो वीडियो में शेयर करके, हाँ एक होर भी जिहड़ा बंदा वीडियो शेयर करेगा वह चैनल सबसक्राइब तो पेज फॉलो जरूर किया अपना स्क्रीनशॉट नाल भेज देवे। जिन्हें वीर भेजणगे उन्होंने आप ड्रा कढ़ के ये उन्होंने फ्री जाने के दे देंगे। बाकी इतने मोटर चला के विखाने तुम, मोटर चला के दिखा के फिर आप सेल वाले पास जो करा, इतों थोड़ा कटते लेने एक तार लंघनी है, एक अपनी तार होर लंघूगी वो आप हम लाल तार ही ले लें। लाल तार लाओ जी, एक तार बची है इतने लग जानी है। तो कर दौ वीडियो वो तो शेयर, तो भेज दो स्क्रीनशॉट भी, तो बाकी कमेंट करके जरूर दस्यो तुसी ये वीडियो केड़े एरिए कितों देख रहे हैं। तो जी आप पच्ची स्टार्टर बनाया ये थोड़ा फ्री हो सकता, फ्री दे विच अपने स्क्रीनशॉट लैके व्हाट्सएप जरूर कर दौ। तो होर वीडियो वेखन लई पेज नू फॉलो, जे तुसी यूट्यूब ते देखते हैं तो सबसक्राइब, इंस्टाग्राम जां तुसी फेसबुक ते देखते रहे हैं देख रहे हो तो पेज नू फॉलो जरूर कर लियो। धन्यवाद जी, ये अपना तैयार आ। तो बाकी अगली वीडियो जो आपां तुहानू ये चला के दिखाउणे उदों तक हो सकता है तुहाडा हो जी किसी एक देखण वाले दा, जिदा होगा बकायदा वो आप नाम वीडियो जरूर पावे। तो पांच वीर जिहड़े पहला कमेंट आउणगे तो उन्हां दा आप कोई मैसेज आ तो वो आप साझा करांगे, जे किसी का कोई मैसेज आ तो अपने नाल शेयर कर सकते हो। कोई होर जानकारी किसी ची वीर ने होर कोई इस तरह की कोई आइटम बनाई आ कार्ड कढ़ी भी आ तो वो जरूर अपनी वीडियो बना के भेज सकता अपने पेज तो अपने चैनल तो भाई की वीडियो अगे पा के जितों तक जा सकती हुई पहुँचाने की कोशिश करेंगे। तो वीडियो देखने लिए बहुत बहुत धन्यवाद।